ਸਤਿ ਸ਼੍ਰੀ ਅਕਾਲ ਦੋਸਤੋ ਸੇਂਟਸ ਆਫ ਦ ਟਾਈਮਸ ਤੋਂ ਮੈਂ ਹਾਂ ਕੋਮਲ ਅੱਜ ਬੜੀ ਪਿਆਰੀ ਜੀ ਆਵਾਜ਼ ਸਾਡੇ ਨਾਲ ਹੈ ਜੋ ਕਿ ਇੱਕ ਧਾਰਮਿਕ ਜਥੇ ਤੋਂ ਨੇ ਕੀਰਤਨ ਕਰਦੇ ਨੇ ਪਰ ਬਹੁਤ ਹੀ ਸੋਹਣਾ ਗਾਉਂਦੇ ਨੇ ਇੱਕ ਨਵਾਂ ਹੁਨਰ ਇੱਕ ਨਵਾਂ ਟੈਲੈਂਟ ਲੈ ਕੇ ਆਏ ਜੀ ਤੁਹਾਡੇ ਰੂਬਰੂ ਨੀਤੂ ਸ਼ੇਰਾ ਸ਼ੇਰਾ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਸਮੇਂ ਵਿੱਚ ਬੜੇ ਪਿਆਰੇ ਪਿਆਰੇ ਫਨਕਾਰ ਨੇ ਪਿਆਰੇ ਪਿਆਰੇ ਕਲਾਕਾਰ ਨੇ ਪਰ ਕੁਝ ਇਹੋ ਜਿਹਾ ਹੁਨਰ ਹੈ ਜੋ ਅਸੀਂ ਲੱਭ ਕੇ ਤੁਹਾਡੇ ਰੂਬਰੂ ਲੈ ਕੇ ਆਏ ਹਾਂ ਜੀ ਸਾਡੇ ਨਾਲ ਨੀਤੂ ਸ਼ੇਰਾ ਜੀ ਜਿਨ੍ਹਾਂ ਨੇ ਆਪਣੀ ਆਵਾਜ਼ ਦਾ ਜੋ ਜਾਦੂ ਬਖੇਰਿਆ ਹੈ ਸੋ ਨੀਤੂ ਸ਼ੇਰਾ ਜੀ ਤੋਂ ਉਹਨਾਂ ਦੀ ਜੀਵਨੀ ਬਾਰੇ ਪੁੱਛਦੇ ਹਾਂ ਕਿ ਵੈਸੇ ਉਹ ਕੀ ਕਰਦੇ ਨੇ ਅਤੇ ਕਿੰਨੇ ਸਮੇਂ ਤੋਂ ਉਹ ਗਾਇਕੀ ਦੇ ਵੱਲ ਮੁੜੇ ਨੇ ਅਤੇ ਕਿੰਨੇ ਸਮੇਂ ਤੋਂ ਸਿੱਖ ਰਹੇ ਨੇ ਜੀ ਮੈਮ ਮੈਂ ਜਿਹੜਾ ਹੈਗੀ ਆਪਣਾ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਮਿਊਜ਼ਿਕ ਵੋਕਲ 'ਚ ਜੋ ਕਿ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਸੀਗਾ ਮੈਂ ਸਕੂਲ ਟਾਈਮ ਦੇ ਵਿੱਚ ਵੀ ਗਾਉਂਦੀ ਸੀ ਪਰ ਉਸ ਟਾਈਮ ਸੀਗਾ ਕਿ ਆਪਾਂ ਸ਼ਬਦ ਕੀਰਤਨ ਸੌਂਗ ਆਪਣੇ ਪ੍ਰੋਗਰਾਮ ਜੋ ਵੀ ਆਪਣੇ ਟੀਚਰ ਸਾਹਿਬਾਨ ਸਾਨੂੰ ਦੱਸਦੇ ਸੀ ਅਸੀਂ ਬੜੇ ਵਧੀਆ ਤਰੀਕੇ ਨਾਲ ਸਟੇਜ 'ਤੇ ਪਰਫੋਰਮ ਕਰਦੇ ਸਾਨੂੰ ਵੀ ਖੁਸ਼ੀ ਹੁੰਦੀ ਸੀ ਔਰ ਮੇਰੇ ਜਿੱਦਾਂ ਕਲਾਸ ਦੇ ਟੀਚਰਸ ਫੈਮਲੀ ਫਰੈਂਡਸ ਉਹਨਾਂ ਨੇ ਕਿਹਾ ਕਿ ਆਵਾਜ਼ ਨੂੰ ਮੇਰਾ ਥੋੜ੍ਹਾ ਜਿਹਾ ਸੰਹਾਰਿਆ ਮੈਨੂੰ ਅਤੇ ਉਹਨਾਂ ਦੇ ਹੀ ਮੋਟੀਵੇਸ਼ਨ ਦੇ ਨਾਲ ਮੈਂ ਅੱਗੇ ਅੱਗੇ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਜੋ ਮੈਂ ਆਪਣਾ ਸਕੂਲ ਦੇ ਵਿੱਚ ਐਜ਼ ਏ ਮਿਊਜ਼ਿਕ ਟੀਚਰ ਜੋਬ ਕਰ ਰਹੀ ਹਾਂ ਜੀ ਕਿਆ ਬਾਤ ਹੈ ਜੀ ਸਾਡੇ ਨਾਲ ਟੀਚਰ ਵੀ ਨੇ ਅਸੀਂ ਉਹਨਾਂ ਕੋਲੋਂ ਸਿੱਖਣਾ ਵੀ ਹੈ ਅਤੇ ਕੁਝ ਉਹਨਾਂ ਦੀਆਂ ਗੱਲਾਂ ਪੁੱਛਣੀਆਂ ਨੇ ਕਿ ਜਦੋਂ ਉਹ ਆਪ ਗਾਉਂਦੇ ਸਨ ਟੀਚਰ ਦੇ ਅੱਗੇ ਅਤੇ ਉਦੋਂ ਕਿੱਦਾਂ ਦਾ ਮਾਹੌਲ ਸੀ ਅਤੇ ਅੱਜ ਉਹ ਖੁਦ ਟੀਚਰ ਨੇ ਅਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਬੱਚੇ ਨੂੰ ਉਹ ਵੀ ਕਹਿੰਦੇ ਹੋਣੇ ਹਾਂ ਵੀ ਤੈਨੂੰ ਗਾਉਣਾ ਆਉਂਦਾ ਸੁਣਾ ਕਾਂ ਜ਼ਰਾ ਜੀ ਜੀ ਇੱਦਾਂ ਹੁੰਦਾ ਸੀ ਜੀ ਮੈਮ ਜੀ ਬਿਲਕੁਲ ਜੀ ਕਾਲਜ ਅਸੀਂ ਜੇ ਸਟੱਡੀ ਕਰਨ ਜਾਂਦੇ ਸੀਗੇ ਉੱਥੇ ਅਤੇ ਉੱਥੇ ਬੈਠ ਕੇ ਉਹਨਾਂ ਨੂੰ ਕਹਿੰਦੇ ਸੀ ਜਦੋਂ ਆਪਾਂ ਪੂਰੇ ਗਰੁੱਪ 'ਚ ਬੈਠਦੇ ਸੀ ਉਹਦੇ ਵਿੱਚ ਦੱਸਦੇ ਸੀਗੇ ਸਾਨੂੰ ਕਿ ਤੁਹਾਨੂੰ ਕੀ ਅੱਛਾ ਗਾਣਾ ਲੱਗਦਾ ਹੈ ਤਾਂ ਅਸੀਂ ਪਰਫੋਰਮੈਂਸ ਦਿੰਦੇ ਸੀ ਜੋ ਸਾਨੂੰ ਵਾਹਿਗੁਰੂ ਮੇਰ ਸਦਕਾ ਸੀ ਜੋ ਵੀ ਪਰਮਾਤਮਾ ਦੇ ਕੇ ਅਤੇ ਸੌਂਗਸ ਹੋ ਗਏ ਧਾਰਮਿਕ ਡਿਵੋਸ਼ਨਲ ਜੋ ਵੀ ਅਸੀਂ ਸਾਨੂੰ ਆਉਂਦਾ ਸੀ ਅਸੀਂ ਜ਼ਰੂਰ ਉੱਥੇ ਪੇਸ਼ ਕਰਦੇ ਸੀ ਜੀ ਜੀ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਪੰਜਾਬੀ ਸੌਂਗ ਜੀ ਕਿਆ ਬਾਤ ਹੈ ਜੀ ਅਤੇ ਤੁਸੀਂ ਕੀਰਤਨ ਵੀ ਕਰਦੇ ਹੋ ਜੀ ਮੈਮ ਜੀ ਬਸ ਅਤੇ ਕੀਰਤਨ ਦੇ ਵਿੱਚ ਕਿੱਦਾਂ ਮੁੜੇ ਕੀਰਤਨ ਦੇ ਵਿੱਚ ਇੱਦਾਂ ਸੀਗਾ ਸਾਡੇ ਜਲੰਧਰ ਦੇ ਵਿੱਚ ਜਿੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਪ੍ਰਭਾਤ ਫੇਰੀ 'ਤੇ ਵੀ ਜਿੱਦਾਂ ਪਰਫੋਰਮੈਂਸ ਕਰਦੀ ਸੀਗੀ ਜੀ ਅਤੇ ਉੱਥੇ ਉਹਨਾਂ ਨੇ ਮੈਨੂੰ ਸ਼ਬਦ ਲਈ ਜੇ ਮੈਨੂੰ ਕਿਹਾ ਅਤੇ ਮੈਂ ਉੱਥੇ ਗਾਇਆ ਆਪਣਾ ਸ਼ਬਦ ਪ੍ਰੋਪਰ ਤਰੀਕੇ ਨਾਲ ਗੁਰਬਾਣੀ ਨੂੰ ਪੜ੍ਹਿਆ ਫਿਰ ਉਹਨਾਂ ਨੇ ਸਾਨੂੰ ਜਿੱਦਾਂ ਹੌਲੀ ਹੌਲੀ ਕੀਰਤਨ ਦੇ ਨਾਲ ਕਿਹਾ ਕਿ ਐਜ਼ ਏ ਜਥਾ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਆਓ ਅਤੇ ਕੀਰਤਨ ਨੂੰ ਅਸੀਂ ਤੁਹਾਡੇ ਮੁਖੋਂ ਸੁਣਨਾ ਚਾਹਾਂਗੇ ਜੀ 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 ਅਤੇ ਵੈਸੇ ਤੁਸੀਂ ਘਰ ਦੇ ਵਿੱਚ ਵੀ ਸਿੰਗਿੰਗ ਕਰਦੇ ਹੋ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਕਿ ਤੁਹਾਡੀ ਟੀਮ ਵੀ ਹੈ ਜੀ ਹੈ ਨਾ ਤੁਸੀਂ ਕੀਰਤਨ ਵੀ ਕਰਦੇ ਹੋ ਅਤੇ ਵੈਸੇ ਮਨ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਵੈਸੇ ਤਾਂ ਜਦੋਂ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਅਤੇ ਫਿਰ ਉਹੀ ਚੀਜ਼ ਚੰਗੀ ਲੱਗਦੀ ਹੈ ਗੱਲ ਕਰਦੇ ਹਾਂ ਪੰਜਾਬੀ ਕਲਚਰ ਤੋਂ ਅਤੇ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਸੁਹਾਗ ਗਾਣਾ ਬੜਾ ਵਧੀਆ ਤੁਹਾਨੂੰ ਲੱਗਦਾ ਜੀ ਜੀ ਅਤੇ ਇਸ ਤੋਂ ਇਲਾਵਾ ਹੋਰ ਕੀ ਅੱਛਾ ਲੱਗਦਾ ਜਿੱਦਾਂ ਪੰਜਾਬੀਅਤ ਨੂੰ ਮੈਂ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨਾਲ ਸਾਡੇ ਅੱਜ ਦੀ ਮੁਟਿਆਰਾਂ ਜਿਹੜੀ ਬੇਟੀਆਂ ਨੇ ਧੀਆਂ ਨੇ ਉਹ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਹੀ ਮੈਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਪੋਰਟ ਕਰਦੀ ਹਾਂ ਜੋ ਧੀਆਂ ਕਿਉਂਕਿ ਮੈਂ ਸੋਰੀ ਤੁਹਾਡੀ ਗੱਲ ਨੂੰ ਰੋਕਦੇ ਹੋਏ ਜਿੱਦਾਂ ਅਸੀਂ ਘਰ ਦੇ ਵਿੱਚ 5 ਸਿਸਟਰਸ ਨੇ ਜੀ 5 ਸਿਸਟਰਸ ਹਾਂ ਅਤੇ ਸਾਨੂੰ ਘਰ ਦੇ ਵਿੱਚ ਦੇਖਦੇ ਅਸੀਂ ਸਾਡੇ ਫਾਦਰ ਸਾਹਮਣੇ ਬਹੁਤ ਪੜ੍ਹਾਇਆ ਜਿੱਦਾਂ ਉਹਨਾਂ ਦੇ ਮੇਰ ਸਦਕਾ ਔਰ ਅਸੀਂ ਉਹਨੂੰ ਚੀਜ਼ ਨੂੰ ਅੱਗੇ ਲੈ ਕੇ ਜਾਣ ਲਈ ਮੈਨੂੰ ਸਭ ਲੱਗਦਾ ਕਿ ਧੀਆਂ ਨੂੰ ਵੀ ਵੱਧ ਤੋਂ ਵੱਧ ਆਪਣੇ ਮੁਕਾਮ 'ਤੇ ਪਹੁੰਚਣਾ ਚਾਹੀਦਾ ਹੈ ਜੀ ਔਰ ਮੈਂ ਜੇ ਗੱਲ ਕੀਤੀ ਜਾਵੇ ਕੀਰਤਨ ਤਾਂ ਮੇਰੇ ਪਰਮਾਤਮਾ ਵੱਲੋਂ ਮੇਰੇ ਮਦਰ ਨੂੰ ਅੱਛਾ ਲੱਗਦਾ ਸੀ ਕੀਰਤਨ ਦੇ ਵਿੱਚ ਮੇਰੇ ਮਦਰ ਨਾਲ ਜਾਂਦੇ ਸੀਗੇ ਅਤੇ ਉਹਦੇ ਨਾਲ ਨਾਲ ਮੈਨੂੰ ਲਾਈਵ ਪਰਫੋਰਮੈਂਸਿਸ ਜਿੱਦਾਂ ਸੌਂਗਸ ਪੰਜਾਬੀ ਗੀਤ ਹੋ ਗਏ ਮੈਨੂੰ ਬਹੁਤ ਅੱਛਾ ਲੱਗਦਾ ਜੀ ਗਾਣਾ ਜੀ ਬਿਲਕੁਲ ਜੀ ਅਤੇ ਫਾਦਰ ਸਾਹਿਬ ਕੀ ਕਰਦੇ ਨੇ ਜੀ ਮੇਰੇ ਫਾਦਰ ਸਾਹਿਬ ਰੇਲ ਕੋਚ ਫੈਕਟਰੀ ਦੇ ਵਿੱਚ ਸੀਗੇ ਐਜ਼ ਅ ਰੇਲਵੇ ਜੀ 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 ਰੇਲਵੇ 'ਚ ਉਹਨਾਂ ਦੀ ਜੋਬ ਸੀਗੀ ਓਕੇ ਜੀ ਮਤਲਬ ਹੁਣ ਤੁਹਾਨੂੰ ਜੋ ਮੇਨ ਸਪੋਰਟ ਹੈ ਤੁਹਾਡੇ ਮਦਰ ਵੱਲੋਂ ਮਦਰ ਜੀ ਪੂਰੀ ਮੇਰੇ ਫੈਮਿਲੀ ਮੇਰਾ ਪੂਰਾ ਸਪੋਰਟ ਦਿੰਦੇ ਨੇ ਮੈਂ ਰਿਆਜ਼ ਅਗਰ ਕਿਤੇ ਮੈਂ ਨਾ ਬੈਠਾਂ ਤਾਂ ਉਹ ਮੈਨੂੰ ਖੁਦ ਕਹਿੰਦੇ ਕਿ ਆਪਣਾ ਟਾਈਮ ਨੂੰ ਬਿਲਕੁਲ ਵੀ ਵੇਸਟ ਨਾ ਜਾਣ ਦਵੋ ਆਪਣੇ ਟਾਈਮ ਨੂੰ ਯੂਜ਼ ਕਰੋ ਰਿਆਜ਼ ਕਰੋ ਤੁਹਾਡੇ ਨਾਲ ਅਸੀਂ ਖੜੇ ਹਾਂ ਜਿੱਥੇ ਵੀ ਰਾਤ ਦਿਨ ਰਾਤ ਹੋਵੇ ਉਹ ਸਾਡੇ ਨਾਲ ਜਾਂਦੇ ਹਾਂਜੀ ਜੀ ਕਹਿੰਦੇ ਨੇ ਮਾਂ ਬਾਪ ਜਿਹੜੀਆਂ ਮਾਂ ਬਾਪ ਦੀਆਂ ਦੁਆਵਾਂ ਹੁੰਦੀਆਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਹੁੰਦੀਆਂ ਕੋਈ ਇਹੋ ਜਿਹਾ ਸਮਾਂ ਹੁੰਦਾ ਕਿ ਅਸੀਂ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦੇ ਹਾਂ ਅਤੇ ਕੋਈ ਇਸ ਤਰ੍ਹਾਂ ਦਾ ਸਮਾਂ ਆਉਂਦਾ ਕਿ ਪਿਤਾ ਸਾਨੂੰ ਖੁਦ ਕਹਿੰਦਾ ਕਿ ਬੱਚੇ ਤੁਸੀਂ ਇਹ ਚੀਜ਼ ਨੂੰ ਅੱਗੇ ਬੜਾਵਾ ਦੇਣਾ ਹੈ ਕਦੀ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਿੰਗਿੰਗ ਵੱਲ ਆਉਣਾ ਹੈ ਜੀ ਮੈਮ ਇੱਦਾਂ ਤਾਂ ਉਹਨਾਂ ਨੇ ਕਦੀ ਰੋਕ ਟੋਕ ਨਹੀਂ ਸਾਨੂੰ ਲਗਾਈ ਅਸੀਂ ਉਹਨਾਂ ਦੇ ਸੰਸਕਾਰਾਂ ਸਹਿਤ ਅੱਗੇ ਵੱਧ ਰਹੇ ਹਾਂ ਕਦੀ ਵੀ ਉਹਨਾਂ ਨੇ ਆ ਨਹੀਂ ਸਾਨੂੰ ਕਿਹਾ ਕਿ ਤੁਸੀਂ ਸਾਇੰਸ ਰੱਖੋ ਜੀ ਤੁਸੀਂ ਮੈਡੀਕਲ ਲਾਈਨ 'ਚ ਜਾਓ ਤੁਹਾਨੂੰ ਜੋ ਅੱਛਾ ਲੱਗਦਾ ਤੁਸੀਂ ਕਰੋ ਪਰ ਤੁਸੀਂ ਧੀਆਂ ਨੂੰ ਖੁਦ ਵੀ ਪੜ੍ਹਨਾ ਹੈ ਅਤੇ ਆਉਣ ਵਾਲੀਆਂ ਧੀਆਂ ਨੂੰ ਵੀ ਅੱਗੇ ਮਤਲਬ ਮੌਕਾ ਦੇਣਾ ਜੀ ਜੀ ਕਹਿੰਦੇ ਨਾ ਆਉਣ ਵਾਲਾ ਜਿਹੜਾ ਸਮਾਂ ਜੋ ਕੁੜੀਆਂ ਦਾ ਹੀ ਨੇ ਅਤੇ ਕੁੜੀਆਂ ਦੀ ਗੱਲ ਕਰਦੇ ਹਾਂ ਸੋ 5 ਭੈਣਾਂ ਵਿੱਚੋਂ 1 ਭੈਣ ਜੋ ਟੀਚਰ ਨੇ ਉਹ ਨਾਲ ਦੀ ਨਾਲ ਸਿੰਗਿੰਗ ਦਾ ਵੀ ਇੱਕ ਮਤਲਬ ਹੁਨਰ ਹੈ ਜੋ ਉਹਨਾਂ ਦੇ ਅੰਦਰ ਉਹ ਅਸੀਂ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਅਤੇ ਇੱਕ ਗੀਤ ਜ਼ਰੂਰ ਸੁਣਦੇ ਹਾਂ
मैं अपने फादर साहब लई भी एक सुहागना लई पेश करांगी। उड़दा वे जावी कावा बैंदड़ा जावी वे बैंदड़ा जावी मेरे पेकड़े। उड़दा वे जावी कावा एक ना दसी कावा माँ मेरी नू एक ना दसी कावा माँ मेरी नू आओगा गुड़िया पटोले फोल के मैं वारे जावा आओगा गुड़िया पटोले फोल के। उड़दा वे जावी कावा दसी वे दसी कावा बाबल मेरे नू दसी ना दसी कावा बाबल मेरे नू आऊगा परियां कचेरियां छोड़ के मैं वारे जावा आऊगा परियां कचेरियां छोड़ के। उड़दा वे जावी कावा जी। धन्यवाद जी। क्या बात है जी, कितनी सोहनी आवाज़ है, कितनी मिठास है आवाज़ विच। सो ये जड़ी मिठास है ये रियाज दे नाल आई है कि गॉड गिफ्टेड है जी? कोशिश तो यही करते कि रियाज करते जाइए तो वाहेगुरु जी सानू उस रास्ते नाल अपने सुरीली आवाज बख्शते रहन जी। रियाज करते हाँ हाँ जी हाँ जी, जिदा जिदा मॉर्निंग हो गया जिन्ना क समा सू जिदा स्कूल दे विच असीं भी कराने आ ते बच्चों के नाल नाल कोशिश करते हैं कि वो भी साडा रियाज ही जी चल रहा है। बिल्कुल जी, बिल्कुल जी। क्योंकि एक टीचर होने के नाते सानू एक समा चाहिए होंगे कि असी खुद भी अपने आप नू निखार सकीए ते दूसरे बच्चों नू भी निखार सकी है ना। ते वैसे घर दे विच काम कार भी करते हो कि सिर्फ एक अपने टीचर दे नाल अपना रोब भी पाने हो जी? रोब तो चलो मतलब बच्चों जब तक असी बैठन नू कहांगे नहीं वो बैठते नहीं है। बिल्कुल। तो घर दे विच जी सारे काम असी करते हैं एज ए कह लो कि घर दे विच जे धीआं अपने मापिया का सहारा बन दिया ने। हाँ जी असि सारे काम घर दे विच करते हैं जी। जो भी मदर नू जदों भी नीड होवे असि उन्हां दे नाल चलते हैं। वह भावें कोई इट कुट्टन तो लैके कुछ भी घर का सूई परौण तक काम होवे जी, असि उन्हां दा काम करते हैं जी। बहुत सोहनी गल है, कहिंदे कुड़ियां नू घर दा काम आना चाहिए क्योंकि अगे जाके सहुरे परिवार दे विच कदी भी कोई दिक्कत नहीं आती। सो इस करके यही कहने कि जदों तुहाडे घर धीआं हुंदियां ते धीआं नू हर काम सिखाया करो ते प्रॉपर आजादी दिया करो ताकि अपनी जिंदगी भी जी सकन। सोरे परिवार जाके बहुत सारी औंकड़ा आउंदियां ने पर होली होली सेटिंग हो जाती है क्योंकि एक नवा घर होंदा है। ते मैरिज करवा चुके हो कि हजे अनमैरिड हो? नहीं मैम हजे अनमैरिड है। अज एक्चुअली मेरा इदा सीगा कि म्यूजिक नू पहला आपां अगे वधाईए, मैरिज दा मैं हजे कुछ नहीं ज्यादा सोचिया जी। घर दे कहंदे ने तुहाडी एज हो गई है पर असीं हुंदा है कि अपने मुकाम नू पहला अगे लैके जाइए। वेरी नाइस। ते आपां नेक्स्ट शुरुआत देखो जिंदगी दे विच कहंदे कि जे मापे तुहाडे नाल हुंदे आ ना ता मैरिज ता जिंदगी च होनी है, वह जदों होनी है वाहिगुरु मेहर सदका। ते आपां एक धी होंदे नाते अपने मुकाम ते खुद पैर खड़े होने की कोशिश कर रहे हैं जी। मैम जी बहुत सोहनी गल है क्योंकि देखो व्याह तो एक ना एक दिन हो जाना है पर जो तुसी जिंदगी च खटना है जो तुसी कमाना है जो एक तुसी अपनी वक्री पहचान बनानी है उदे वर्गी रीस नहीं है। सो गायकी दी गल करदे हां किना तो इंस्पायर होए जी? मैं मोस्टली मैम बॉलीवुड दे विच सब सिंगर्स नू मैं सुनदी हां, जिदा श्रेया घोषाल जी नू सुनदी हां ते अपना बॉलीवुड दे विच उहनां दे कमल खान जी नू जी 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 जी। ते जे असी तुहाडे कोलों कुछ उहनां दा गीत सुनना चाहिए ते फिर केड़ा सुनाओगे जी? उन्हों का सोंग है एक उन्होंने जेडे सोंगस ने क्लासीकल टच के बहुत अच्छे लगते हैं जो कि असी अपनी लाइफ में मतलब कि एक सुरील की आवाज़ के नाल अगे लैके जाइए। तो उन्हों का एक सोंग ये मोह मोह के धागे तेरी उंगलियों से जा उलझे कोई टोह टोह ना लागे किस तरह गिर हाई सुलझे है रोम रोम एक तारा है रोम रोम एक तारा जो बादलों से जा गुजरे ये मोह मोह के धागे तेरी उंगलियों से जा उलझे
कोई टोह टोह ना लागे, किस तरह गिरहाए सुलझे तन। क्या थैंक यू बात है जी, क्या बात है। मुर्गियां रोना बहुत वड्डी गल है एक कलाकार ली, एक या फिर नवा टैलेंट या नवा हुनर ओद ली बहुत वड्डी गल है। अजकल बड़े चीज मायने रखाउंदी है कि तुहाडा गला किस तरह घूमदा है। जी जी जी। ते तुहाडे गुरु कौन ने, किना कोलों सिख रहे हो? जी मैं जिहड़े मास्टर सीगी मेरी, मैं HMV कॉलेज जलंधर हंस राज महाविद्यालय कॉलेज तो कीती है जी। उत्थे मेरे गुरु जी जिन्हां ने, जिन्हां तो मैं पोस्ट ग्रेजुएशन कीती है, डॉक्टर प्रेम सागर सर जी जी। मैं उन्हां तो ही स्टडी तो बाद फिर कीर्तन जां बाकी सॉन्ग्स आपां कर रहे हां जी, अज उन्हां दी बदौलत ही है जी। जी प्रेम सागर जी साढ़े जलंधर के बहुत ही नायाब हीरे ने, उन्होंने मतलब होने के विचों इन्ने प्यारे प्यारे फनकार, इन्ने प्यारे प्यारे कलाकार आए ने, क्योंकि वो खुद तो एक बहुत गुणी है ने, तो गुण भर के बच्चों से बच्चों अगे तोड़ते हैं कि वो जिते जान उन्होंने अपने पंजाब का, अपने घर का, अपने परिवार का नाम रोशन कर। सो नाम रोशन करना मैं लगता है किसी किसी हक में आता है। अज धियां की गल कर रहे हैं, सो धियां अपने परिवार को हमेशा अगे लैके चलदियां ने। कि कहना चाहोगे अपनी जिंदगी के बारे, की बनना चाहोगे, एक सिंगर या फिर एक कीर्तन के प्रति, एक कीर्तन जत्था पूरी टीम ते या फिर एक बॉलीवुड कलाकार? जी मैं एक्चुअली सिंगर्स का जो आप कही तो वर्सटाइल होना कहें अजकल के दौर में बहुत ही जरूरी है। वर्सटाइल आपां कीर्तन तां करदे आं परमात्मा दी लिव दे जुड़न दे लई, ओह जिंदगी दे विच बहुत जरूरी है। कीर्तन तां आपां कर रहे हां ओह सतगुर दे लिव दे विच जुड़न लई, पर मैं चाहनी हां कि कीर्तन तो कीर्तन दे नाल नाल ही जिदा मैनूं सहराया जावे बॉलीवुड लाइव परफॉर्मेंसेस एक अच्छे गीतकारां दे नाल, जो अच्छी लिखत दे नाल मैनूं लिरिक्स दे नाल मैं पंजाब दे विच सामने लैके आवां, वह बॉलीवुड होवे या पंजाबीयत होवे, कल्चरल कुछ भी लोक तत्व, मैं इन्हां नूं ही अगे वध तो वध लैके आना चाहूँगी जी। जिथे अज दे समय विच बच्चे बॉलीवुड पॉलीवुड गा रहे ने, ते उत्थे ही कई बच्चे कुछ पुरानियां चीज़ां नूं, पुरानियां रवायतां नूं अपना रहे ने, ते पुराने गीतां नूं, ते पुराने साडे जिहड़े लोक तत् ने, साडियां बोलियां ने, साडे सुहाग ने, उहनां नूं वी अगे लैके आ रहे ने। सो मैनूं लगदा है कि इहनां चीज़ां नूं असीं वध तो ज़्यादा प्रमोट करिए, क्योंकि इह साडा कल्चर है। सो बेशक नवें बच्चे ने टीचर होण दे नाल नाल अपना एक हुनर वी दुनिया दे अगे लैके आ रहे ने, तो इह हुनर की ही गल करते हाँ, क्योंकि हर बच्चे दे विच कोई ना कोई टैलेंट जरूर होंदा है। सो शेरा जी, तुहानू शेरा जी क्यों कहंदे ने? जी मेरे फादर साहब एक्चुअली अपना सरनेम शेरा, नीतू शेरा जी, ते मैनूं बहुत अच्छा लगदा सी सानूं नीतू शेरा तो हटके शेरा साहब कहंदे सी, क्या बात, शेरा जी कहंदे सी, पर मैनूं लगदा सी इदां दा हुनर तां मेरे च नहीं आ। मेरे फादर साहब ने पर साडी नी सपोर्ट कीती है, सानूं धियां वांग नहीं पुत्तां वांगू सानूं पालिया, जो सानूं लगदा कि साडा शेरा ही साडी सपोर्ट है। वेरी नाइस। सो बहुत सोहनी गल है, साणे कहिंदे वी धियां नूं पुत्तां वांग पढ़ना चाहीदा, ते पुत्तां वांग ही नाम रोशन करदियां ने। सो की चंगा लगदा गाउणा? सूफी वी गाने हो है ना, फिर धार्मिक वी, कीर्तन वी करदे हो, बॉलीवुड वी गाने हो, सुहाग घोड़ियां, अपने मन दी जिहड़ी रूह है ओह सुनाओ वी की चंगा लगदा है। जी मैम मैं तुहानूं पंजाबी गीत अपने राहत फतह अली खान जी दा सॉन्ग, क्या बात है, आ जाओ सज्जना, तो मैं चंद कलाने लाइना तुहानूं सुनाऊंगी जी। जी आ जाओ आ सजना तक दिया रा सजना, आ जाओ आ सजना तक दिया रा सजना, तेरे बिन दिल नहीं लगदा जरा पर भी नहीं लगदा, जिना दे विछड़े जानी कि तो आ जा दिल जानी, कि तो आ जा दिल जानी। क्या बात है जी, आ जाओ आ सजना तक दिया राह सजना, जिन्हां नूं लगी हुंदी है ना ਉਹ ਲੱਗੀ ਦੀ ਗੱਲ ਕਰਦੇ ਨੇ ਜੋ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੋ। ਸੋ ਇੱਕ ਗੀਤ ਹੋਰ ਸੁਣਾਂਗੇ ਅਸੀਂ ਨੀਤੂ ਸ਼ੇਰਾ ਜੀ ਕੋਲੋਂ, ਫਿਰ ਨਾਲ ਦੀ ਨਾਲ ਕਰਾਂਗੇ ਇਸ ਪ੍ਰੋਗਰਾਮ ਦੀ ਸਮਾਪਤੀ ਜੀ। ਸੋ ਮੈਂ ਹੁਣ ਜੋ ਹੈ ਗੀਤ ਸੁਣਾਉਣ ਜਾ ਰਹੀ ਹਾਂ, ਅੱਖੀਆਂ ਰਾਸ ਨਾਈਆਂ। ਅੱਖੀਆਂ ਲਾਈਆਂ ਤੇਰਾ ਸੁਨਾਈਆਂ, ਅੱਖੀਆਂ ਲਾਇਆ ਤੇਰਾ ਸੁਨਾਇਆ, ਮਿਲਦਿਆਂ ਸਾਰ ਮਾਹੀ ਪੈ ਗਿਆ
अखियां लाया तेरा सनाया जी। शुक्रिया जी। नीतू शेरा जी, बहुत बहुत थैंक यू समा देने लिए। बने रहो सेंट्स ऑल द टाइम्स। कैमरामैन विनोद कोमल।